ਅਸੀਂ ਬਹੁਤ ਸਾਰੀਆਂ ਫਿਲਮਾਂ ਇਕੱਠੀਆਂ ਕੀਤੀਆਂ ਤੇ ਅੱਜ ਜਦੋਂ ਸਾਡਾ ਭਰਾ ਚੋਣ ਮੈਦਾਨ ਦੇ ਵਿੱਚ ਹੈ ਤਾਂ ਅਸੀਂ ਉਸਦੇ ਨਾਲ ਖੜੇ ਹਾਂ। ਇਹ ਗੱਲਾਂ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਰੋਸ਼ਨ ਪ੍ਰਿੰਸ ਦੇ ਵੱਲੋਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਆਖੀਆਂ ਗਈਆਂ ਤੇ ਹੋਰ ਕੀ ਕੁਝ ਕਹਿੰਦੇ ਹੋਏ ਰੋਸ਼ਨ ਪ੍ਰਿੰਸ ਨਜ਼ਰ ਆਏ ਨੇ, ਆ ਸੁਣਦੇ ਹਾਂ। कैसा लग रहा है आपको चुनाव? देखिए, मेरे बड़े भाई हैं करमजीत अनमोल जी, तो उनके लिए तो हमेशा हम लोग हाजिर हैं, क्योंकि बहुत सारी फिल्में, बहुत सारा काम हम लोगों ने साथ में किया है, कितनी सारी फिल्में की हैं। और आज हमारा भाई इस चोण के अखाड़े में और हम सब उनके साथ हैं। मैं किसी पार्टी विशेष की बात नहीं कर रहा हूँ, मैं बात कर रहा हूँ अपने भाई की, करमजीत अनमोल, क्योंकि एक ज़मीन से जुड़ा हुआ इंसान जिसने शुरुआती दौर में गरीबी भी देखी और अपना अपने करियर को उस बुलंदी पे भी लेके गए जहाँ पे इंटरनेशनली लोग उनको जानते हैं। सो उनको पता है कि लोगों के दुख तकलीफें क्या हैं, तो उस चीज़ को, उस आवाज़ को हम लोग बुलंद करें। और ज़्यादा से ज़्यादा मैं तो सभी को गुजारिश करूँगा कि आप ज़्यादा से ज़्यादा वोट दे के उनको सक्सेसफुल करें। तो आप चर्चा रहती है कि जो फिल्म इंडस्ट्री के सेलिब्रिटीज होते हैं वो अक्सर लोगों को बाद में मिलते नहीं हैं, आपको इस जगह से ज़्यादा वाकिफ है? मैं ज़िंदगी में पहली बार किसी चुनाव प्रचार में आया और इस बंदे की मैं गारंटी ले सकता हूँ, इस बंदे की गारंटी, बिल्कुल करमजीत अनमोल जी। उन्होंने फिल्में भी की हैं, मेरी करियर में ऑलमोस्ट 40 के आसपास फिल्में हैं जिसमें 32 से ज़्यादा फिल्में मैंने करमजीत भाई के साथ की, और कितना समय साथ में गुजारने का मौका मिला बंदे का पता लग जाए। बड़ी सिंपथी लाइफ है इनकी। हाँ जी बिल्कुल, और लोगों का दुख तकलीफ दर्द कुछ समझते हैं, क्योंकि ये सारी चीज़ें अपने तन पे उन्होंने हंडाई हुई, और मुझे पूरी उम्मीद है कि वो लोगों की जो भी उम्मीदें उन पर खड़े उतरे। तो फरीदकोट वासियों के लिए आपका क्या मैसेज? फरीदकोट तो वैसे बड़ी पाक पवित्र धरती है, बाबा फरीद जी की धरती है, और यहाँ पे एक ईमानदार सच्चा सुच्चा इंसान जो है वो आपकी कचहरी में आया, तो उनको सक्सेसफुल करना हमारा फर्ज बनता है। ਉੱਥੇ ਦੂਜੇ ਪਾਸੇ ਕਰਮਜੀਤ ਸਿੰਘ ਅਨਮੋਲ ਨੇ ਕਿਹਾ ਕਿ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਤੇ ਜੇਕਰ ਮੈਂ ਚੋਣਾਂ ਜਿੱਤ ਗਿਆ ਤਾਂ ਲੋਕਾਂ ਦੇ ਹਰ ਮੁੱਦੇ ਦੀ ਆਵਾਜ਼ ਬਣਾਂਗਾ। ਕਰਮਜੀਤ ਦੇ ਦਿਨ ਜਿਹੜਾ ਤਿਉਹਾਰ ਦਾ ਬਹੁਤ ਨੇੜੇ ਆਉਂਦਾ ਜਾਂਦਾ ਹੈਗਾ ਜੀ ਜੀ, ਕਰੀਬ ਅੱਜ 25 ਦਿਨ ਹੀ ਬਾਕੀ ਰਹਿ ਗਏ ਨੇ ਜੀ ਜੀ, ਤੇ ਜਿਹਨਾਂ ਦੀਆਂ ਧੜਕਣਾਂ ਵੀ ਲੋਕਾਂ ਦੀਆਂ ਬਹੁਤ ਵੱਧ ਚੁੱਕੀਆਂ ਨੇ ਜੀ ਜੀ, ਤੇ ਕਿੱਦਾਂ ਹੁਣ ਜਿਹੜੀ ਚੋਣ ਪ੍ਰਚਾਰ ਚੱਲ ਰਿਹਾ ਕਿਵੇਂ ਲੱਗਦਾ? ਦੇਖੋ ਜੀ, ਡੇ ਬਾਈ ਡੇ ਮਿਹਨਤ ਅਸੀਂ ਵਧਾ ਰਹੇ ਹਾਂ, ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਵੀ ਪਿੰਡ, ਕੋਈ ਵੀ ਮਹੱਲਾ ਐਸਾ ਨਾ ਰਹੇ ਜਿੱਥੇ ਅਸੀਂ ਨਾ ਜਾ ਸਕੀਏ। ਔਰ ਲੋਕ ਬਹੁਤ ਉਤਸ਼ਾਹ ਵਿਖਾ ਰਹੇ ਨੇ, ਔਰ ਲੋਕ ਬਹੁਤ ਖੁਸ਼ ਨੇ, ਔਰ ਬਹੁਤ ਲੋਕਾਂ ਨੂੰ ਇਹ ਵੀ ਜਲਦੀ ਤੋਂ ਜਲਦੀ ਸਾਡੇ ਕੋਲ ਆਉਣ। ਕਿੱਦਾਂ ਦਾ ਹੁਣ ਲੋਕ ਜਿਹੜੇ ਇਸ ਤਰ੍ਹਾਂ, ਮਤਲਬ ਕਿ ਆਮ ਜਿਹੜਾ ਕਿਹਾ ਜਾਂਦਾ ਸੀਗਾ ਵੀ ਸਿੰਗਰ ਹੈ ਬਾਹਰੋਂ ਆਇਆ, ਪਰ ਹੁਣ ਉਹ ਗੱਲਾਂ ਘੱਟਦੀਆਂ ਨਹੀਂ ਜਾਂਦੀਆਂ? ਨਹੀਂ ਬਿਲਕੁਲ, ਕਿਸੇ ਨੇ ਨਹੀਂ ਕਿਹਾ ਜੀ ਮੈਨੂੰ, ਔਰ ਲੋਕ ਸਗਾ ਖੁਸ਼ ਨੇ ਕਿ ਸਾਨੂੰ ਇਹ ਨਹੀਂ ਦੱਸਣਾ ਪੈਂਦਾ ਵੀ ਕਰਮਜੀਤ ਅਨਮੋਲ ਕੌਣ ਹੈ, ਕਿ ਸਾਰੇ ਜਾਣਦੇ ਆ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਾਣਦੇ ਨੇ, ਔਰ ਇਹ ਸਮਝਦੇ ਨੇ ਕਈ ਲੋਕ ਤਾਂ ਵੀ ਸਾਨੂੰ ਐਂ ਲੱਗਦਾ ਵੀ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ, ਕਿਉਂਕਿ ਤੁਹਾਨੂੰ ਦੇਖਿਆ ਇੰਨਾ, ਹਰ ਟਾਈਮ ਮੈਂ ਟੀ ਵੀ 'ਤੇ ਰਹਿੰਦਾ, ਅਤੇ ਉਹਦਾ ਸਾਨੂੰ ਬੈਨੀਫਿਟ ਮਿਲਦਾ ਔਰ ਲੋਕ ਬਹੁਤ ਪਿਆਰ ਦਿੰਦੇ। ਬੱਚਿਆਂ ਦੀ ਬੜੀ ਪਸੰਦ ਬਣ ਰਿਹਾ ਕਰਮਜੀਤ ਅਨਮੋਲ ਜੀ ਜੀ, ਥੈਂਕ ਯੂ ਸਰ। ਬਸ ਬੱਚਿਆਂ ਨੂੰ, ਕਿਉਂਕਿ ਫਿਲਮਾਂ ਦੇ ਕਰਕੇ ਹੀ ਹੈ ਜੀ, ਬੱਚੇ ਬਹੁਤ ਪਿਆਰ ਕਰਦੇ ਨੇ, ਥਾਂ ਥਾਂ ਜਿੱਥੇ ਵੀ ਜਾਂਦੇ ਆ ਬੱਚੇ ਸਭ ਤੋਂ ਵੱਧ ਆਉਂਦੇ ਆ, ਇੱਧਰ ਹੁਣ ਵੀ ਆ ਕੇ ਖੜ ਗਏ ਨੇ ਪਿੱਛੇ, ਅਤੇ ਬੱਚਿਆਂ ਕਰਕੇ ਜੀ ਸਾਰਾ ਕੁਛ, ਜਿਹੜਾ ਬੰਦਾ ਬੱਚਿਆਂ 'ਚ ਫੇਵਰੇਟ ਹੋ ਜਾਂਦਾ, ਕਿਉਂਕਿ ਬੱਚਿਆਂ ਨੇ ਵੱਡੇ ਹੋਣਾ ਐਂਡ ਤੱਕ ਉਹਨਾਂ ਨੇ ਉਹਨਾਂ ਦੇ ਦਿਲਾਂ 'ਚ ਰਹਾਂਗੇ। ਤੁਹਾਡੇ ਮੁਕਾਬਲੇ ਤੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਅਮਰੀਕਾ ਤੋਂ ਉਮੀਦਵਾਰ ਲੈ ਆਉਂਦਾ ਹੈਗਾ ਜੀ ਜੀ ਜੀ, ਤੇ ਕਾਂਗਰਸ ਦਾ ਕਿੱਦਾਂ ਲੱਗ ਰਿਹਾ ਹੈਗਾ ਤੁਹਾਡੇ? ਨਹੀਂ ਦੇਖੋ ਜੀ, ਸਾਰਿਆਂ ਦੇ ਅਧਿਕਾਰ ਨੇ, ਸਾਰਿਆਂ ਨੇ ਮੈਦਾਨ 'ਚ ਆਉਣਾ ਹੀ ਹੁੰਦਾ, ਅਤੇ ਜੀ ਆਇਆਂ ਨੂੰ ਜੀ ਉਹਨਾਂ ਨੂੰ
ਮੋਗਾ ਵਾਸੀਆਂ ਨੂੰ ਜਾਂ ਫਰੀਦਕੋਟ ਵਾਸੀਆਂ ਨੂੰ ਇੱਕ ਲਾਸਟ ਜਿਹੜਾ ਮੈਸੇਜ ਹੈਗਾ ਟੌਪ ਦਾ ਕੀ ਹੋਏਗਾ ਜੀ? ਬਸ ਇਹੀ ਹੈ ਜੀ ਕਿ ਮੈਨੂੰ ਇਸ ਵਾਰੀ ਮੌਕਾ ਦਿਓ ਔਰ ਮੈਂ ਤੁਹਾਡੇ ਲਈ ਮਤਲਬ ਮੌਕੇ 'ਤੇ ਮੌਕਾ ਪ੍ਰਦਾਨ ਕਰੂੰਗਾ। ਅਣਮੋਲ ਜੀ, ਆਮ ਗੱਲਾਂ ਚਰਚਾਵਾਂ ਸੁਣਨ ਵਾਲੀਆਂ ਮਿਲ ਰਹੀਆਂ ਹੈਗੀਆਂ ਕਿ ਪਹਿਲਾਂ ਮੁਹੰਮਦ ਸਦੀਕ ਵੀ ਸੀਗੇ ਜੀ, ਜੀ ਸਿੰਗਰ ਸੀਗੇ ਜੀ, ਲੇਕਿਨ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਲੋਕਾਂ 'ਚ ਘੱਟ ਮਿਰਚੇ, ਅਤੇ ਤੁਹਾਡੇ ਬਾਰੇ ਕੀ ਤਾਂ ਲੋਕਾਂ ਨੂੰ ਸਵਾਸਥ ਦੇ ਰਹੇ ਹੋ? ਦੇਖੋ ਜੀ, ਮੈਂ ਵੱਧ ਤੋਂ ਵੱਧ ਲੋਕਾਂ 'ਚ ਵਿਚਰੂੰਗਾ, ਵੱਧ ਤੋਂ ਵੱਧ ਕੰਮ ਕਰੂੰਗਾ। ਜਦੋਂ ਲੋਕਾਂ ਦੇ ਕੰਮ ਹੋਣ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਲੋਕਾਂ ਨੂੰ, ਕੰਮ ਬਹੁਤ ਜ਼ਰੂਰੀ ਨੇ, ਜਿਹਦੇ ਵੀ ਕੋਈ ਸਮੱਸਿਆ ਉਹਦਾ ਹੱਲ ਹੋਣਾ ਚਾਹੀਦਾ। ਕਾਫੀ ਲੋਕਾਂ ਨੂੰ ਤੁਸੀਂ ਫੇਸ ਕੀਤਾ ਹੋਣਾ, ਬਹੁਤ ਸਾਰੇ ਲੋਕ ਕਿੱਦਾਂ ਦੀਆਂ ਫਰੀਦਕੋਟ ਦੀਆਂ ਮੇਨ ਸਮੱਸਿਆਵਾਂ ਕੀ ਸਾਹਮਣੇ ਆ ਰਹੀਆਂ? ਬੜੀਆਂ ਕਾਫੀ ਨੇ ਜੀ। ਇੱਥੇ ਇੱਕ ਤਾਂ ਆਪਾਂ ਨੂੰ ਚਾਹੀਦਾ ਕੋਈ ਜਿਹੜਾ ਸਕਿੱਲ ਸੈਂਟਰ, ਕਿਉਂਕਿ ਜਿਹਦੇ ਨਾਲ ਬੱਚੇ ਹੱਥੀਂ ਕੰਮ ਸਿੱਖਣ। ਉਹ ਜਿਹੜਾ ਬੰਦਾ ਹੱਥੀਂ ਕੰਮ ਜਾਣਦਾ ਉਹ ਕਦੇ ਮਾਰ ਨਹੀਂ ਖਾਂਦਾ। ਅਤੇ ਦੂਜਾ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਜ਼ਰੂਰ ਲਿਆਵਾਂਗੇ, ਜਿਹਦੇ ਨਾਲ ਰੁਜ਼ਗਾਰ ਵੀ ਮਿਲੂਗਾ ਅਤੇ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ। ਇੱਕ ਜਗ੍ਹਾ 'ਤੇ ਸੰਬੋਧਨ ਸੁਣ ਰਿਹਾ ਸੀ ਵੀ ਕਰਮਜੀਤ ਤੁਹਾਨੂੰ ਬੋਲ ਰਿਹਾ ਕਿ ਸਿੱਟਾ ਚੱਕਿਆ ਗਿਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈਗੇ ਨੇ ਉਹ ਵਿਦੇਸ਼ਾਂ 'ਚ ਨਹੀਂ ਜਾਣਗੇ, ਇੱਥੇ ਕਰਨਗੇ। ਬਿਲਕੁਲ ਜੀ ਬਿਲਕੁਲ, ਅਸੀਂ ਉਹੀ, ਕਿਉਂਕਿ ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਾਂਗੇ ਤਾਂ ਉਹ ਕਿਉਂ ਜਾਣਗੇ? ਆਪਣੇ ਮਾਂ ਪਿਓ ਨੂੰ ਛੱਡ ਕੇ, ਆਪਣੇ ਭੈਣ ਭਰਾਵਾਂ ਨੂੰ ਛੱਡ ਕੇ, ਹਰ ਕੋਈ ਮਾਂ ਪਿਓ ਵੀ ਚਾਹੁੰਦਾ ਵੀ ਸਾਡੇ ਅੱਖਾਂ ਦਾ ਤਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ ਅਤੇ ਇੱਥੇ ਸਾਡਾ ਪੰਜਾਬ ਹੀ ਸਵਰਗ ਬਣੇ, ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇ ਤਾਂ ਬਾਹਰ ਜਾਣ ਦੀ ਲੋੜ ਨਹੀਂ। ਕੈਨਿਸ ਪੰਜਾਬ ਦੇ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।